ਤੇ ਲਗਾਤਾਰ ਝੜਪ, ਲਗਾਤਾਰ ਤਣਾਅ ਦਾ ਮਾਹੌਲ ਸੀ। ਹਰਿਆਣਾ ਵਾਲੇ ਪਾਸੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ, ਪਰ ਡਰੋਨ ਦੀ ਮਦਦ ਨਾਲ ਪੰਜਾਬ ਵਾਲੇ ਪਾਸੇ ਡਰੋਨ ਆਉਂਦਾ ਸੀ, ਗੋਲੇ ਸਿੱਟ ਕੇ ਪਿੱਛੇ ਮੁੜ ਜਾਂਦਾ ਸੀ। ਪਰ ਹੁਣ ਕਿਸਾਨਾਂ ਨੇ ਨਵਾਂ ਤੋੜ ਕੱਢਿਆ ਤੇ ਇਸ ਡਰੋਨ ਨੂੰ ਇੱਕ ਨਵੀਂ ਵਿਧੀ ਦੇ ਨਾਲ ਸਿੱਟ ਲਿਆ। ਵਿਧੀ ਕੀ? ਬਸੰਤ ਪੰਚਮੀ। ਬਸੰਤ ਪੰਚਮੀ ਯਾਨੀ ਕਿ ਪਤੰਗ ਉਡਾਇਆ ਤੇ ਡਰੋਨ ਲਾਇਆ, 5 ਰੁਪਏ ਦੀ ਚੀਜ਼ ਨਾਲ 5 ਲੱਖ ਦਾ ਸਿੱਟ ਲਿਆ। ਕਦੋਂ ਕਦੋਂ ਲੱਗਾ ਸੀ ਵੀਰ, ਕਦੋਂ ਕਦੋਂ ਲੱਗਾ ਸੀ ਤੇ ਕਿਵੇਂ ਸਿੱਟਿਆ? ਵੀਰੇ ਰਾਤ ਨਾ ਜਦੋਂ ਮਤਲਬ ਕੱਲ ਦਾ ਟਾਈਮ ਸੀਗਾ, ਕੱਲ ਉਰੇ ਨੇ ਬਹੁਤ ਤਹਿਲਕਾ ਮਚਾਇਆ, ਰਾਤ ਸਾਰੀ ਰਾਤ ਨੀਂਦ ਨਹੀਂ ਆਈ। ਪੂਰਾ ਦੇਖਦੇ ਸੀ ਵੀ ਤੀਰ ਕਮਾਨ ਬਣਾਈਏ ਜਾਂ ਕੀ ਬਣਾਈਏ। ਫਿਰ ਦਿਮਾਗ 'ਚ ਅਨਮੋਲ ਗਗਨਮਾਨ ਜੀ ਦੀ ਸਕੀਮ ਆਈ ਵੀ ਪਤੰਗ ਉਡਾਈਏ ਅੱਜ। ਉਹ ਪਤੰਗ ਨਾਲ ਹੁਣ ਅੱਜ ਪਹਿਲਾਂ 3 ਵਾਰ ਇਹਦੇ ਨਾਲ ਹੱਲੇ ਹੋ ਗਏ ਪੂਰਾ, ਪਰ ਸਾਡੇ ਜੈੱਟ ਨੇ ਹੁਣ ਲਾਸਟ ਦੇ ਵਿੱਚ ਆ ਕੇ ਜਿਹੜਾ ਲਾਸਟ ਹੱਲਾ ਸੀ ਉਹਦੇ ਤੋਂ ਬੰਬ ਸਿੱਟ ਕੇ ਵਾਪਸ ਜਾ ਰਿਹਾ ਸੀ। ਓਵਰ ਕੌਨਫੀਡੈਂਸ 'ਚ ਦੁਬਾਰੇ ਫਿਰ ਇੱਧਰ ਆਇਆ, ਜਾਂ ਦੁਬਾਰੇ ਬਸ ਉਦੋਂ ਬਾਅਦ ਲਪੇਟਾ ਦੇ ਉਹਨੂੰ ਐਸਾ, ਮੈਂ ਮੁੜ ਕੇ ਖੇਤਾਂ 'ਚ ਹੀ ਪਤਾ ਲੱਗਿਆ ਵੀ ਉਹ ਪਿਆ। ਅੱਛਾ, ਪਹਿਲਾਂ ਪਤੰਗ ਪਤੰਗ ਉਡਾਉਂਦਾ ਸੀ ਕਿ ਨਵੀਂ ਤਿਆਰੀ ਕੀਤੀ ਹੈ? ਉਡਾਉਂਦੇ ਸੀ ਭਾਜੀ, ਸ਼ੌਂਕ ਨਾਲ ਉਡਾਈ ਜਾਂਦੇ ਸੀ, ਪੂਰਾ ਮਾਰ ਸੀ ਇਸ ਕੰਮ ਦਾ। ਦੇਖੋ ਗੁਰੂ ਮਹਾਰਾਜ ਦੀ ਰਜਾ ਸੀ, ਬਾਕੀ ਆਪੇ ਜੀ। ਅੱਛਾ, ਉਹਨੂੰ ਵੈਸੇ ਕੁੰਡੀ 'ਚ ਲੈਣਾ ਕਿਉਂਕਿ ਉਹ ਰਿਮੋਟ 'ਤੇ ਚੱਲ ਰਿਹਾ ਸੀਗਾ ਤੇ ਰਿਮੋਟ ਨਾਲ ਉਹ ਇੱਧਰ ਉੱਧਰ ਕਰਦੇ ਸੀ ਤੇ ਡੋਰ ਦਾ ਘੁੰਮਣ 'ਤੇ ਚਿਰ ਲੱਗ ਜਾਂਦਾ। ਕਿੰਨਾ ਕੁ ਸੌਖਾ ਸੀ ਤੇ ਕਿੰਨਾ ਕੁ ਔਖਾ ਸੀ ਉਹ ਟੈਕਨੀਕ? ਇਹ ਟੈਕਨੀਕ ਤਾਂ ਹੈਗੀ ਸੀ, ਦੇਖੋ ਜਦੋਂ ਹਵਾ ਦੇ ਉਲਟ ਮਤਲਬ ਉਹ ਕਰਨਾ ਹੋਵੇ ਇਹ ਵੀ ਮਤਲਬ ਚਾਹੀਦੀ ਆ ਉਹਨਾਂ ਨੂੰ ਉਹ ਟੈਕਨੀਕ। ਉਹ ਜਦੋਂ ਲੈ ਕੇ ਆ ਰਿਹਾ ਸੀ ਮੈਂ ਉੱਪਰਲੀ ਸਾਈਡ ਤੋਂ ਮਤਲਬ ਉਹਦੇ ਉੱਪਰ ਡਿੱਗਿਆ, ਡੋਰ ਤਾਂ ਇੱਕ ਵਾਰੀ ਮਤਲਬ ਹੋ ਗਈ ਟੁੱਟ ਗਈ ਸੀ, ਪਰ ਉਹ ਲਪੇਟਾ ਜਦੋਂ ਪੈ ਕੇ ਉਹਦੇ ਨਾਲ ਪਤੰਗ ਤਾਂ ਕੱਟਿਆ ਗਿਆ ਸੀ, ਲਪੇਟਾ ਪੈ ਗਿਆ ਸੀਗਾ ਡੋਰ ਦਾ। ਉਹ ਲਪੇਟਾ ਪੈਣ ਤੋਂ ਬਾਅਦ ਮੈਂ ਡੋਰ ਛੱਡੀ ਗਿਆ ਮਤਲਬ ਢਿੱਲੀ, ਉਹ ਢਿੱਲੀ ਹੋਣ ਤੋਂ ਬਾਅਦ ਮਤਲਬ ਜਿਹੜੇ ਉਹਦੇ ਬਹੁਤ ਫਰ ਸੀ ਉਹ ਰੁਕ ਗਏ, ਅਨਬੈਲੈਂਸ ਹੋ ਗਿਆ, ਉਹਨਾਂ 'ਤੇ ਕੰਟਰੋਲ ਨਹੀਂ ਹੋਇਆ, ਜਾ ਕੇ ਖੇਤਾਂ ਦੇ ਅੰਦਰ ਡਿੱਗ ਪਿਆ। ਅੱਛਾ, ਕਿੰਨੇ ਘੰਟੇ ਦੀ ਪਤੰਗ ਉਡਾਉਣਾ ਪਿਆ ਜਿਸ ਤੋਂ ਬਾਅਦ ਕਾਮਯਾਬੀ ਮਿਲੀ? ਪੂਰੇ 5-6 ਘੰਟੇ ਉਡਾਉਣਾ ਪਿਆ। 5-6 ਘੰਟੇ ਦਾ ਲੱਗਾ ਪਿਆ ਤੂੰ? ਲੱਗਾ ਪੂਰੇ ਤੂੰ ਹੀ ਨਹੀਂ ਹਿੱਲਿਆ, ਪੂਰੇ ਤੋਂ ਮੈਂ ਹਿੱਲਿਆ ਨਹੀਂ ਹੈਗਾ, ਜਾਦਾ ਖੜਾ ਉਰੀ ਸੀਗਾ ਮੈਂ। ਤਾਂ 5-6 ਘੰਟੇ ਤੋਂ ਆ ਡੋਰਾ ਹੱਥ ਦੇ ਵਿੱਚ, 5-6 ਘੰਟੇ ਪਤੰਗ ਉਡਾਇਆ ਤੇ ਆਖਿਰ ਨੂੰ ਡਰੋਨ ਸਿੱਟ ਲਿਆ, ਕਿਉਂਕਿ ਇਹ ਉਹੀ ਡਰੋਨ ਸੀ ਜਿਹੜਾ ਲਗਾਤਾਰ ਪੰਜਾਬ ਵਾਲੀ ਸੀਮਾ 'ਚ ਆ ਕੇ, ਪੰਜਾਬ ਵਾਲੀ ਪਾਸੇ ਆ ਕੇ ਅਥਰੂ ਗੈਸ ਦੇ ਗੋਲੇ ਸਿੱਟ ਰਿਹਾ ਸੀ, ਔਰ ਅਖੀਰ ਇਹਨੂੰ ਇਹਨਾਂ ਕਿਸਾਨਾਂ ਨੇ ਸਿੱਟ ਲਿਆ ਪਤੰਗ ਦੀ ਮਦਦ ਨਾਲ। ਹਜੇ ਵੀ ਠਾ 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 ਪਿੱਛੇ ਚੱਲ ਰਹੀ ਆ, ਹਲੇ ਵੀ ਅਥਰੂ ਗੈਸ ਦੇ ਗੋਲੇ ਪਿੱਛੇ ਡਿੱਗ ਰਹੇ ਨੇ, ਪਰ ਇੱਧਰ ਮੁਕਾਬਲਾ ਜਿਹੜਾ ਹੈਗਾ ਲਗਾਤਾਰ ਇਹਨਾਂ ਗੋਲਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਆ। ਹਾਲਾਂਕਿ ਡਰੋਨ ਸਿੱਟ ਲਿਆ, ਪਰ ਹੁਣ ਉੱਧਰੋਂ ਮਸ਼ੀਨਾਂ ਦੇ ਰਾਹੀਂ, ਗੰਨਾਂ ਦੇ ਰਾਹੀਂ ਇਹ ਅਥਰੂ ਗੈਸ ਦੇ ਗੋਲੇ ਤੇਜ਼ ਕਰ ਦਿੱਤੇ ਗਏ ਨੇ। ਤਾਂ ਇਸ ਕਿਸਾਨ ਨੇ ਕਹਿੰਦੇ ਕਿ 5 ਲੱਖ ਦਾ ਡਰੋਨ 5 ਰੁਪਈਆਂ ਨਾਲ ਸਿੱਟ ਲਿਆ, ਯਾਨੀ 5 ਰੁਪਈਆਂ ਦੀ ਪਤੰਗ ਨਾਲ ਸਿੱਟ ਲਿਆ। ਤਾਂ ਇਹ ਜੋ ਤਸਵੀਰਾਂ ਇੱਥੋਂ ਸਾਹਮਣੇ ਆ ਰਹੀਆਂ ਨੇ ਵਿਲੱਖਣ ਤਸਵੀਰਾਂ ਨੇ, ਪਰ ਤਣਾਅ ਦਾ ਮਾਹੌਲ ਆ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਸੀ। ਗੱਲਬਾਤ ਰਹੀ ਅਗਰ ਮਸਲੇ ਦਾ ਹੱਲ ਹੋ ਜਾਵੇ।